हेलो स्टूडेंट्स वेलकम हियर अगेन ऑन माय चैनल जानकारी हित मायसेल्फ हित अविलाशी शर्मा आज हम सी गल करंगे अकाउंटेंसी ਨਾਲ रिलेटेड टॉपिक बैंक रिकंसिलिएशन स्टेटमेंट as part 2 ਇਸ ਤੋਂ ਪਹਿਲਾਂ ਵੀਡੀਓ ਨੰਬਰ 40 ईपी ਦੇ ਵਿੱਚ ਡਿਟੇਲ ਦੇ ਵਿੱਚ ਜੋ ਬੇਸਿਕ ਕਨਸੈਪਟ ਹੈ ਬੈਂਕ रिकंसिलिएशन स्टेटमेंट ਦਾ ਉਹਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਹੈ अज्जी गल करा हाउ टू प्रिपेयर बैंक रिकनस स्टेटमेंट विद डिफरेंट टाइप ऑफ प्रैक्टिकल प्रॉब्लम एंड वी आर ट्राइंग टू मेक बैंक स्टेटमेंट विद ऑल टाइप ऑफ बैलें मूव एक गल मैं हमेशा कहना होंद कंप्लीट देखो फुल स्क्रीन करके देखो डिवाइस की ईयरफोन या हैडफोन यूज करो तो कॉन्टेंट कंप्लीट क्लीयर तू समझ लगेगा ईजीएसट वे ਬੈਂਕ ਰਿਕਨਸਾਈਲੇਸ਼ਨ ਸਟੇਟਮੈਂਟ ਕੀ ਹੁੰਦੀ ਹੈ ਇਹਦੇ ਬਾਰੇ ਮੈਂ ਬਾਰ-ਬਾਰ ਡਿਟੇਲਸ ਤੁਹਾਨੂੰ ਪਹਿਲਾਂ ਵੀ ਦੱਸ ਰਿਹਾ ਹੁਣ ਫਿਰ ਦੱਸ ਚੁੱਕੇ ਕਿ ਬੈਂਕ ਰਿਕਨਸਾਈਲੇਸ਼ਨ ਸਟੇਟਮੈਂਟ ਦੇ ਰਿਗਾਰਡਿੰਗ ਵੀਡੀਓ ਨੰਬਰ ਜੋ 40 ਹੈ ਉਹਨੂੰ ਜ਼ਰੂਰ ਦੇਖੋ ਇਸ ਚੈਨਲ ਤੇ ਫਿਰ ਵੀ ਆਪਾਂ ਇੱਕ ਬ੍ਰੀਫ ਇੰਟਰੋਡਕਟਰੀ ਇਹਦੇ ਨਾਲ ਜਿਹੜਾ ਕਨਸੈਪਟ ਹੈ ਉਹਨੂੰ ਡਿਸਕਸ ਕਰਦੇ ਹਾਂ ਬੈਂਕ ਰਿਕਨਸਾਈਲੇਸ਼ਨ ਸਟੇਟਮੈਂਟ ਇਜ਼ ਅ ਸਟੇਟਮੈਂਟ ਵਿਚ ਇਜ਼ ਪ੍ਰੇਪੇਅਰ ਟੂ ਰੀਕਨਸਾਈਲ ਕੈਸ਼ ਬੁੱਕ ਬੈਲੈਂਸ ਆਫ ਕੈਸ਼ ਬੁੱਕ ਵਿਦ ਦਾ ਬੈਲੈਂਸ ਆਫ ਪਾਸਬੁੱਕ অর ਬੈਂਕ ਸਟੇਟਮੈਂਟ ਸਾਨੂੰ ਪਤਾ ਹੈ ਕਿ ਬੈਂਕ ਬਿਜ਼ਨਸਮੈਨ ਨੂੰ ਇੱਕ ਪਾਸਬੁੱਕ ਇਸ਼ੂ ਕਰਦਾ ਹੈ ਕਿਸੇ ਵੀ ਵਿਅਕਤੀ ਨੂੰ ਜਿਵੇਂ ਇਸ਼ੂ ਕੀਤੀ ਹੁੰਦੀ ਹੈ ਤੇ ਉਹਨੂੰ ਅਸੀਂ ਪਾਸਬੁੱਕ ਜਾਂ ਬੈਂਕ ਸਟੇਟਮੈਂਟ ਦਾ ਨਾਮ ਵੀ ਦੇ ਸਕਦੇ ਹਾਂ ਕਿਉਂਕਿ ਬੈਂਕ ਸਟੇਟਮੈਂਟ ਵੀ ਹੁੰਦੇ ਜਿਸ ਚ ਬਿਜ਼ਨਸਮੈਨ ਦੇ ਬੈਂਕ ਅਕਾਊਂਟ ਦੀ ਡਿਟੇਲ ਹੁੰਦੀ ਹੈ ਬਿਜ਼ਨਸਮੈਨ ਆਪਣੀ ਕੈਸ਼ ਬੁੱਕ ਦੇ ਵਿੱਚ ਮਤਲਬ ਬੈਂਕ ਕਾਲਮ ਦਾ ਜੋ ਡਿਟੇਲ ਹੈ ਉਹਦੇ ਨਾਲ ਪਾਸਬੁੱਕ ਨੂੰ मिलान ਕਰਦਾ ਹੈ ਇਟ ਇਜ਼ ਅ ਸਟੇਟਮੈਂਟ ਸ਼ੋਇੰਗ ਰੀਜ਼ਨ অর ਕਾਜ਼ ਆਫ ਡਿਫਰੈਂਸ ਕਿਉਂਕਿ ਦੋਨਾਂ ਦੇ ਵਿੱਚ ਜੋ ट्रांजैक्शंस ਹੋ ਰਹੀਆਂ ਨੇ ਚਾਹੇ ਬਿਜ਼ਨਸਮੈਨ ਕਰਦਾ ਹੈ ਜਾਂ ਬੈਂਕ ਤਾਂ ਸੇਮ ਡਿਫਰੈਂਸ ਉਹ ਆਣਾ ਚਾਹੀਦੇ ਨੇ ट्रांजैक्शंस ਬਟ ਕਈ ਵਾਰ ਰੀਜ਼ਨਸ ਇਹੋ ਜੇ ਨਿਕਲਦੇ ਨੇ ਕਾਰਨ ਇਹੋ ਜੇ ਬੰਦੇ ਨੇ ਕਿ ਡਿਫਰੈਂਸ ਆਂਦਾ ਇਸ ਸਟੇਟਮੈਂਟ ਦੇ ਨਾਲ ਅਸੀਂ ਉਹਨਾਂ ਕਾਰਨਾਂ ਨੂੰ ਲੱਭਦੇ ਹਾਂ ਇਟ ਇਜ਼ ਨੋਟ ਅ ਪਾਰਟ ਆਫ ਬੁੱਕ ਕੀਪਿੰਗ ਇਹ ਬੁੱਕ ਕੀਪਿੰਗ ਦਾ ਹਿੱਸਾ ਨਹੀਂ ਹੈ ਕਿ ਜਰਨਲ ਲੈਜਰ ਟ੍ਰਾਇਲ ਬੈਲੈਂਸ ਇਹੋ ਜਾਂ ਨਹੀਂ ਹੈ ਇਟਸ ਜਸਟ ਮੈਥਡ ਟੂ ਰੀਕਨਸਾਈਲ ਕੈਸ਼ ਬੁੱਕ ਵਿਦ ਪਾਸ ਬੁੱਕ ਜਸਟ ਇੱਕ ਟੈਕਨੀਕ ਹੈ ਜਿਸ ਦੇ ਨਾਲ ਅਸੀਂ ਕੈਸ਼ ਬੁੱਕ ਨੂੰ ਪਾਸ ਬੁੱਕ ਦੇ ਨਾਲ ਮਿਲਾਨ ਕਰ ਲੈਂਦੇ ਹਾਂ ਵਾਈ ਪ੍ਰੇਪੇਰਿੰਗ ਬੀਆਰ ਐਸ ਇਫ देयर ਇਜ਼ ਐਨੀ ਐਰਰ ਕਮਿਟਡ ਕੈਨ ਬ੍ਰਿੰਗਸ ਆਊਟ ਜੇ ਕੋਈ ਗਲਤੀ ਹੋਈ ਹੈ ਕੋਈ ਐਂਟਰੀ ਕਰਨ ਤੋਂ ਰਹਿ ਗਈ ਕੋਈ ਐਂਟਰੀ ਡਬਲ ਹੋ ਗਈ ਕਿਸੇ ਵੀ ਟਾਈਪ ਕਰਕੇ ਜੇ ਡਿਫਰੈਂਸ ਆਉਂਦਾ ਹੈ ਅਸੀਂ ਉਹਨਾਂ ਗਲਤੀਆਂ ਨੂੰ ਲੱਭ ਸਕਦੇ ਹਾਂ ਕਾਦੇ ਵਿੱਚ ਲੱਭ ਸਕਦੇ ਹਾਂ ਕੈਸ਼ ਬੁੱਕ ਤੇ ਪਾਸ ਬੁੱਕ ਦੇ ਵਿੱਚ ਜਦੋਂ ਵੀ ਅੱਜ ਦੀ ਮੈਂ ਵੀਡੀਓ ਦੇ ਵਿੱਚ ਗੱਲ ਕਰੂੰਗਾ ਜਾਂ ਬੈਂਕ ਰੀਕਨਸਾਇਲੈਂਸ ਸਟੇਟਮੈਂਟ ਦੀ ਜਦੋਂ ਵੀ ਗੱਲ ਯਾਦ ਰੱਖੋ ਕਿ ਕੈਸ਼ ਬੁੱਕ ਦਾ ਮਤਲਬ ਟ੍ਰਿਪਲ ਕਾਲਮ ਕੈਸ਼ ਬੁੱਕ ਦੇ ਵਿੱਚ ਜਿਹੜੀ ਬੈਂਕ ਕਾਲਮ ਹੁੰਦੀ ਹੈ ਅਸੀਂ ਉਹਦੀ ਗੱਲ ਕਰਦੇ ਹੁਣ ਇਹ ਤੁਹਾਡੇ ਸਾਹਮਣੇ ਇੱਕ ਬਿਜ਼ਨਸਮੈਨ ਦੀ ਇਹ ਕੈਸ਼ ਬੁੱਕ ਦਿੱਤੀ ਵੀ ਹੈ ਮਤਲਬ ਬੈਂਕ ਕਾਲਮ ਦਿੱਤਾ ਵਾਏ ਵਾਲਾ ਅਮਾਉਂਟ ਵਾਲਾ ਦੋਨੋਂ ਸਾਈਡ ਤੇ ਰਸੀਟ ਸਾਈਡ ਹੁੰਦੀ ਹੈ ਤੇ ਕ੍ਰੈਡਿਟ ਸਾਈਡ ਪੇਮੈਂਟ ਸਾਈਡ ਹੁੰਦੀ ਹੈ ਡੈਬਿਟ ਸਾਈਡ ਰਸੀਟ ਸਾਈਡ ਇਹ ਪਾਸ ਬੁੱਕ ਹੈ ਪਾਸ ਬੁੱਕ ਨੂੰ ਧਿਆਨ ਨਾਲ ਦੇਖੋ ਸਟੂਡੈਂਟਸ ਦੁਬਾਰਾ ਫੇਰ ਇੱਕ ਵਾਰੀ ਪਾਸ ਬੁੱਕ ਦੇ ਵਿੱਚ ਇੱਕ ਗੱਲ ਸਾਫ਼ ਹੈ ਕਿ ਜਦੋਂ ਵੀ ਬੈਂਕ ਕਿਸੇ ਕਸਟਮਰ ਦੇ ਅਕਾਊਂਟ ਨੂੰ ਕਿਸੇ ਅਮਾਊਂਟ ਨਾਲ ਕ੍ਰੈਡਿਟ ਕਰਦਾ ਹੈ ਥਿਸ ਮੀਨਸ ਉਹਦਾ ਬੈਲੈਂਸ ਵਧ ਰਿਹਾ ਕਿਉਂਕਿ ਜਿੰਨੇ ਪੈਸੇ ਉਹ ਜਮ੍ਹਾਂ ਕਰਵਾ ਰਿਹਾ ਉਹਨੇ ਬੈਂਕ ਨੂੰ ਵਾਪਸ ਕਰਨੇ ਵੀ ਪੈਣਗੇ ਉਹ ਕਸਟਮਰ ਬੈਂਕ ਦਾ ਕ੍ਰੈਡਿਟਰ ਬਣ ਰਿਹਾ ਥਿਸ ਮੀਨਸ ਤੇ ਜਦੋਂ ਵੀ ਬੈਂਕ ਪਾਸ ਬੁੱਕ ਦੇ ਵਿੱਚ ਉਸ ਕਸਟਮਰ ਦੇ ਅਕਾਊਂਟ ਨੂੰ ਡੈਬਿਟ ਕਰਦਾ ਹੈ ਥਿਸ ਮੀਨਸ ਉਸ ਵਿਅਕਤੀ ਦਾ ਬੈਲੈਂਸ ਬਿਜ਼ਨਸ ਦੇ ਵਿੱਚ ਘਟ ਰਿਹਾ ਸਮਝ ਲੱਗਿਆ ਜਿਵੇਂ ਇੱਥੇ 40000 ਦੇਖੋ ਕੈਸ਼ ਡਿਪੋਜ਼ਿਟ ਤੇ 40000 ਬੈਲੈਂਸ ਹੋ ਗਿਆ 2000 ਦੇ ਚੈੱਕ ਡਿਪੋਜ਼ਿਟ ਕਰਾਏ ਫਿਰ ਕ੍ਰੈਡਿਟ ਕੀਤਾ ਬੈਲੈਂਸ ਵੱਧ ਕੇ 42000 ਹੋ ਗਿਆ 10 ਰੁਪਏ ਬੈਂਕ ਚਾਰਜ ਦੇ ਡੈਬਿਟ ਕੀਤੇ ਨੇ ਤਾਂ ਬੈਲੈਂਸ ਘਟ ਗਏ 41990 ਹੋ ਗਿਆ ਇਸ ਢੰਗ ਦੇ ਨਾਲ ਡੈਬਿਟ ਹੋਣ ਦੇ ਨਾਲ ਬੈਲੈਂਸ ਘਟਦਾ ਹੈ ਕ੍ਰੈਡਿਟ ਹੋਣ ਨਾਲ ਬੈਲੈਂਸ ਵੱਧਦਾ ਹੈ ਕਿਉਂਕਿ ਕਸਟਮਰ ਬੈਂਕ ਦਾ ਆਉਣ ਨੇ ਅਮਾਉਂਟ ਨਾਲ ਕ੍ਰੈਡੀਟਰ ਬਣ ਜਾਂਦਾ ਜਿੰਨੇ ਪੈਸੇ ਜਮ੍ਹਾਂ ਹੋ ਰਹੇ ਨੇ ਬੈਂਕ ਅਕਾਊਂਟ ਦੇ ਵਿੱਚ ਕਸਟਮਰ ਦੇ ਕਲੀਅਰ ਪਰ ਕੈਸ਼ ਬੁੱਕ ਤੇ ਪਾਸ ਬੁੱਕ ਦੇ ਵਿੱਚ ਧਿਆਨ ਨਾਲ ਦੇਖੋ ਕੈਸ਼ ਬੁੱਕ ਦੇ ਵਿੱਚ ਬੈਲੈਂਸ ਆ ਰਿਹਾ ਹੈ 33000 ਇਸ ਜੋ ਸਾਨੂੰ ਦਿਖਾਈ ਹੈ ਤੇ ਪਾਸ ਬੁੱਕ ਤੇ ਜਾ ਰਿਹਾ ਹੈ 39930 ਜਦੋਂ ਕਿ ਕੈਸ਼ ਬੁੱਕ ਦੇ ਵਿੱਚ ਬੈਂਕ ਅਕਾਊਂਟ ਹੀ ਹੈ ਜਿਹੜਾ ਅਸੀਂ ਦਿਖਾ ਰਹੇ ਹਾਂ ਇਹਨਾਂ ਦੇ ਵਿੱਚ ਜੋ ਬੈਲੈਂਸ ਡਿਫਰੈਂਸ ਆਉਂਦਾ ਹੈ ਇਹਦਾ ਮਤਲਬ ਕੁਝ ਨਾ ਕੁਝ ਰਹਿ ਗਿਆ ਕੁਝ ਐਕਸਟਰਾ ਹੋ ਗਿਆ ਕੁਝ ਰਹਿ ਗਿਆ ਕਿਸੇ ਇੱਕ ਦੇ ਵਿੱਚ ਉਹਦੇ ਬਾਰੇ ਮੈਂ ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਕਲੀਅਰ ਕੀਤਾ ਹੋਇਆ ਕਿ ਇਹਨਾਂ 'ਚ ਡਿਫਰੈਂਸ ਤੇ ਬਹੁਤ ਸਾਰੇ ਕਾਰਨ ਹੁੰਦੇ ਨੇ ਤੁਸੀਂ ਉਹਨੂੰ ਦੇਖ ਸਕਦੇ ਹੋ ਥਿਊਰੀਟੀਕਲੀ ਬੜਾ ਇੰਪੋਰਟੈਂਟ ਕੁਐਸਚਨ ਹੁੰਦਾ ਹੈ ਉਹ ਜਿਸ ਕਰਕੇ ਕੈਸ਼ ਬੁੱਕ ਤੇ ਪਾਸ ਬੁੱਕ ਦੇ ਬੈਲੈਂਸ ਡਿਫਰੈਂਸ ਆਉਂਦਾ ਹੈ ਇਹਨਾਂ ਡਿਫਰੈਂਸਸ ਨੂੰ ਹੀ ਲੱਭਣਾ ਜਿਹੜਾ ਹੈ ਬੈਂਕਰੀ ਕੰਸੀਲੀਏਸ਼ਨ ਦਾ ਕੰਮ ਹੈ ਕਲੀਅਰ ਬੈਂਕ ਰੀਕੰਸੀਲੀਏਸ਼ਨ ਦੇ ਬੈਲੈਂਸਸ ਦੇ ਰਿਗਾਰਡਿੰਗ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਕੈਸ਼ ਬੁੱਕ ਦੇ ਡੈਬਿਟ ਬੈਲੈਂਸ ਦਾ ਮਤਲਬ पासबुक का क्रैडिट बैलेंस होंगे क्लीयरली मैं दस चुके जो भी बैंक से जमा करवाए जाते हैं कैशबुक की से है। means, है, बैंक कैश जो कैश बैंक कॉलम है वो डैबिट हूं जो कि पासबुक से सेम क्रैडिट हों दिस मीनस ये रिवर्स होंगे डैबिट एंड क्रैडिट डैबिट बैंक बैलेंस डीआरओ कैशबुक का मतलब जो कैशबुक का डैबिट बैलेंस है पासबुक के क्रैडिट बैलेंस का मतलब सेम हों ਇਸ ਤੋਂ ਇਲਾਵਾ ਕੈਸ਼ ਬੁੱਕ ਦੇ ਕ੍ਰੈਡਿਟ ਬੈਲੈਂਸ ਤੇ ਪਾਸ ਬੁੱਕ ਦੇ ਡੈਬਿਟ ਬੈਲੈਂਸ ਦਾ ਮਤਲਬ ਸੇਮ ਹੁੰਦਾ ਹੈ ਜਿਹੜੀ ਮੈਂ ਪਹਿਲੀ ਸਿਚੁਏਸ਼ਨ ਦੱਸੀ ਹੈ ਕੈਸ਼ ਬੁੱਕ ਦਾ ਡੈਬਿਟ ਜਾਂ ਪਾਸ ਬੁੱਕ ਦਾ ਕ੍ਰੈਡਿਟ ਇਹ ਫੇਵਰੇਬਲ ਬੈਲੈਂਸ ਹੁੰਦਾ ਥਿਸ ਮੀਨਸ ਕਸਟਮਰ ਹੈਵ ਸਮ ਮਨੀ ਇਨ ਹਿਸ ਬੈਂਕ ਅਕਾਊਂਟ ਦੂਸਰੀ ਪਾਸੇ ਜਦੋਂ ਮੈਂ ਕ੍ਰੈਡਿਟ ਬੈਲੈਂਸ ਕੈਸ਼ ਬੁੱਕ ਦੀ ਗੱਲ ਕਰ ਰਿਹਾ ਜਾਂ ਪਾਸ ਬੁੱਕ ਦੇ ਡੈਬਿਟ ਬੈਲੈਂਸ ਦਾ ਇਹਦਾ ਮਤਲਬ ਨੈਗੇਟਿਵ ਬੈਲੈਂਸ ਹੈ ਅਨਫੇਵਰੇਬਲ ਬੈਲੈਂਸ ਹੈ ਥਿਸ ਮੀਨਸ ਕਸਟਮਰ ਨੇ ਬੈਂਕ ਤੋਂ ਓਵਰਡਰਾਂਡ ਕੀਤਾ ਹੋਇਆ ਪੈਸੇ ਕਢਵਾਏ ਹੋਏ ਨੇ ਜਿਵੇਂ ਬਿਜ਼ਨਸਮੈਨ ਨੂੰ ਇੱਕ ਲਿਮਿਟ ਜਾਰੀ ਕਰਦਾ ਹੈ ਬੈਂਕ ਜ਼ਿਆਦਾ ਪੈਸੇ ਕਢਵਾਉਣ ਦੀ BRS ਜਦੋਂ ਬਣਾਨੀ ਆ ਬੈਂਕ ਰਿਕਨਸਿਲੀਏਸ਼ਨ ਸਟੇਟਮੈਂਟ ਯਾਦ ਰੱਖੋ ਕੈਸ਼ ਬੁੱਕ ਦੇ ਬੈਲੈਂਸ ਨਾਲ ਵੀ ਸ਼ੁਰੂ ਕੀਤੀ ਜਾ ਸਕਦੀ ਹੈ ਜਦੋਂ ਅਸੀਂ ਕੈਸ਼ ਬੁੱਕ ਦੇ ਬੈਲੈਂਸ ਨਾਲ BRS ਸ਼ੁਰੂ ਕਰਦੇ ਹਾਂ ਤਾਂ ਲਾਸਟ ਜਿਹੜਾ ਬੈਲੈਂਸ ਆਉਂਦਾ ਹੈ ਉਹ ਪਾਸ ਬੁੱਕ ਦਾ ਆਉਂਦਾ ਹੈ ਜੇ ਅਸੀਂ BRS ਨੂੰ ਪਾਸ ਬੁੱਕ ਦੇ ਬੈਲੈਂਸ ਨਾਲ ਸ਼ੁਰੂ ਕਰਦੇ ਹਾਂ ਦੈਨ ਵੀ ਕੈਨ ਗੈਟ ਦਾ ਬੈਲੈਂਸ ਆਫ ਕੈਸ਼ ਬੁੱਕ ਇਨ ਦਾ ਐਂਡ ਕਲੀਅਰ ਸਟੂਡੈਂਟਸ ਜੇ ਤੁਹਾਨੂੰ ਬੀਆਰਐਸ ਬਣਾਨੀ ਹੈ ਕਿਉਂਕਿ ਇਹ ਟੈਕਨੀਕ ਹੈ ਇਹ ਕੋਈ ਪ੍ਰਿੰਸੀਪਲਸ ਨਹੀਂ ਹੈਗੇ ਜਸਟ ਅ ਟੈਕਨੀਕ ਕਿਸੇ ਤਰ੍ਹਾਂ ਅਸੀਂ ਉਸ ਕਨਸੈਪਟ ਨੂੰ ਅਟੇਨ ਕਰ ਸਕੀ ਜਿਸ ਕਰਕੇ ਡਿਫਰੈਂਸ ਆ ਰਹੇ ਨੇ ਕੈਸ਼ ਬੁੱਕ ਤੇ ਪਾਸ ਬੁੱਕ ਇਹਦੀ ਇੱਕ ਸਭ ਤੋਂ ਸਿੰਪਲੈਸ ਟੈਕਨੀਕ ਤੁਹਾਨੂੰ ਮੈਂ ਦੱਸਣਾ ਤੁਸੀਂ ਜਿਹੜਾ ਮਰਜ਼ੀ ਮੈਥਡ ਬਣਾਓ ਇਹਨੂੰ ਅਪਣਾ ਕੇ ਦੇਖਿਓ ਅਸਿਊਮ ਯੂਰਸੈਲਫ ਐਜ਼ ਹੂਜ਼ ਬੈਲੈਂਸ ਇਜ਼ 기ਵਨ ਆਪਣੇ ਆਪ ਨੂੰ ਉਹ ਮੰਨੋ ਜਿਸ ਦਾ ਬੈਲੈਂਸ ਕੁਐਸਚਨ ਚ ਦਿੱਤਾ ਹੋਵੇ ਇਸ ਦਾ ਮਤਲਬ ਕੀ ਹੈ ਜੇ ਕੈਸ਼ ਬੁੱਕ ਦਾ ਬੈਲੈਂਸ ਦਿੱਤਾ ਹੋਵੇ ਤਾਂ ਦੈਨ ਯੂ ਸ਼ੁੱਡ ਅਸਿਊਮ ਯੂਰਸੈਲਫ ਐਸ ਬਿਜ਼ਨਸਮੈਨ ਤਾਂ ਆਪਣੇ ਆਪ ਨੂੰ ਬਿਜ਼ਨਸਮੈਨ ਮੰਨੋ ਇਫ ਦਾ ਬੈਲੈਂਸ ਆਫ ਪਾਸਬੁੱਕ ਇਜ਼ ਗਿਵਨ ਦੈਨ ਅਸਿਊਮ ਯੂਰਸੈਲਫ ਐਸ ਬੈਂਕ ਜੇਕਰ ਪਾਸਬੁੱਕ ਦਾ ਬੈਲੈਂਸ ਦਿੱਤਾ ਹੋਇਆ ਪਾਸਬੁੱਕ ਨੂੰ ਕਿਉਂਕਿ ਬਣਾਉਣ ਵਾਲਾ ਬੈਂਕ ਹੁੰਦਾ ਹੈ ਤਾਂ ਆਪਣੇ ਆਪ ਨੂੰ ਬੈਂਕ ਮੰਨੋ ਪਹਿਲਾਂ ਤਾਂ ਆਪਣੇ ਨੂੰ ਅਸਿਊਮ ਕਿਵੇਂ ਕਰਨਾ ਹੈ ਇਹ ਸਮਝ ਲੱਗਿਆ ਦੂਸਰਾ ਆਫਟਰ ਦੈਟ ਅਜਮਸ਼ਨ ਟੂ ਰੀਕਨਸਾਈਲ ਬੋਥ ਕੈਸ਼ ਐਂਡ ਕੈਸ਼ ਬੁੱਕ ਐਂਡ ਪਾਸ ਬੁੱਕ ਵਨ ਥਿੰਗ ਮਸਟ ਬੀ ਕਲੀਅਰ ਟੂ ਯੂ ਵਾਟ ਏਵਰ ਯੂ ਅਸਿਊਮਡ ਯੋਰਸੈਲਫ ਯੂ ਵਿਲ ਚੇਂਜ ਓਨਲੀ ਯੋਰਸੈਲਫ ਯੂ ਡੋਨਟ ਹੈਵ ਐਨੀ ਰਾਈਟ ਟੂ ਚੇਂਜ ਅਦਰਸ ਤੁਸੀਂ ਆਪਣੇ ਨੂੰ ਜੋ ਵੀ ਮੰਨ ਲਿਆ ਬਿਜ਼ਨਸਮੈਨ ਜਾਂ ਬੈਂਕ ਬੈਲੈਂਸ ਦੇ ਅਨੁਸਾਰ ਤਾਂ ਤੁਹਾਨੂੰ ਜਦੋਂ ਬੈਂਕ ਰਿਕਨਸਿਲੀਏਸ਼ਨ ਸਟੇਟਮੈਂਟ ਬਣਾਣੀ ਹੈ ਤੁਹਾਨੂੰ ਸਿਰਫ ਆਪਣੇ ਆਪ ਨੂੰ ਚੇਂਜ ਕਰਨ ਦਾ ਰਾਈਟ ਹੈ ਦੂਸਰੇ ਨੂੰ ਚੇਂਜ ਨਹੀਂ ਕਰ ਸਕਦੇ ਜੇ ਕੈਸ਼ ਬੁੱਕ ਦਾ ਬੈਲੈਂਸ ਹੈ ਤਾਂ ਤੁਸੀਂ ਬਿਜ਼ਨਸਮੈਨ ਹੋ ਤਾਂ ਤੁਸੀਂ ਐਜ਼ ਅ ਬਿਜ਼ਨਸਮੈਨ ਬਿਜ਼ਨਸਮੈਨ ਨੂੰ ਚੇਂਜ ਕਰਨਾ ਹੈ ਬੈਂਕ ਨੂੰ ਅਸੀਂ ਚੇਂਜ ਨਹੀਂ ਕਰ ਸਕਦੇ ਜੇ ਪਾਸਬੁੱਕ ਦਾ ਬੈਲੈਂਸ ਹੈ ਤਾਂ ਤੁਸੀਂ ਬੈਂਕ ਨੂੰ ਪਾਸਬੁੱਕ ਬਣਾਉਣ ਵਾਲੇ ਤਾਂ ਤੁਸੀਂ ਆਪਣੇ ਆਪ ਨੂੰ ਹੀ ਚੇਂਜ ਕਰਨਾ ਐਸੇ ਬੈਂਕ ਅਸੀਂ ਬਿਜ਼ਨਸਮੈਨ ਨੂੰ ਚੇਂਜ ਨਹੀਂ ਕਰ ਸਕਦੇ ਸਮਝ ਲੱਗਿਆ ਇਸ ਇਹ ਨਹੀਂ ਸੋਚਣਾ ਹੁੰਦਾ ਠੀਕ ਜਾਂ ਗਲਤ ਕੀ ਹੈ ਅਸੀਂ ਬੈਲੈਂਸਸ ਨੂੰ ਇਕੁਇਵਲੀਵੈਂਟ ਕਰਨਾ ਇੱਕ ਟੈਕਨੀਕ ਦੇ ਨਾਲ ਜਿਸ ਨਾਲ ਇਹ ਡਿਫਰੈਂਸ ਦੇ ਕਾਰਨ ਲੱਭ ਸਕਦੇ ਪੋਜ਼ਿਟਿਵ ਉੱਤੇ ਫੇਵਰੇਬਲ ਬੈਲੈਂਸ ਮੈਂ ਦੱਸ ਚੁੱਕੇ ਹਾਂ ਕੈਸ਼ ਬੁੱਕ ਦਾ ਡੈਬਿਟ ਬੈਲੈਂਸ ਹੁੰਦਾ ਹੈ ਪਾਸਬੁੱਕ ਦਾ ਕ੍ਰੈਡਿਟ ਨੇਗੇਟਿਵ ਜਾਂ ਅਨਫੇਵਰਲ ਜਿਹਨੂੰ ਓਵਰਡਰਾਫਟ ਕਹਿੰਦੇ ਨੇ ਕੈਸ਼ ਬੁੱਕ ਦਾ ਕ੍ਰੈਡਿਟ ਬੈਲੈਂਸ ਹੁੰਦਾ ਤੇ ਪਾਸਬੁੱਕ ਦਾ ਡੈਬਿਟ ਬੈਲੈਂਸ ਜਿਹੜੀ ਟੈਕਨੀਕ ਅਸੀਂ ਅਪਣਾਉਂਦੇ ਆ ਬੈਂਕਰ ਰਿਗਰਸ ਇਨਸਟਰੂਮੈਂਟਸ ਇਹਨੂੰ ਐਡ ਲੈਸ ਮੈਥਡ ਯਾ ਪਲੱਸ ਮਾਈਨਸ ਮੈਥਡ ਕਹਿੰਦੇ ਆਉਣ ਨੰਮਰੀਕਲ ਕੁਐਸ਼ਨਸ ਦੀ ਗੱਲ ਕਰੀਏ ਮੈਂ ਫਿਰ ਕਹਿ ਰਿਹਾ ਹਾਂ ਥਿਊਰੀਟਿਕਲ ਪਹਿਲੂਆਂ ਨੂੰ ਇੱਕ ਵਾਰੀ ਫੇਰ ਇਸ ਤੋਂ ਪਹਿਲਾਂ ਵਾਲੀ ਜਿਹੜੀ ਵੀਡੀਓ ਹੈ ਵੀਡੀਓ ਨੰਬਰ 40 ਉਹਦੇ ਵਿੱਚ ਦੇਖੋ ਇਸ ਚੈਨਲ ਤੇ ਨੰਮੈਰੀਕਲ ਪ੍ਰੋਬਲਮ ਹੈ ਬੈਂਕ ਰਿਕਨਸਿਲੀਏਸ਼ਨ ਸਟੇਟਮੈਂਟ ਬਣਾਣੀ ਆ ਤੁਹਾਡੀ ਫਰਸਟ ਨੰਬਰ 2009 ਨੂੰ ਬੈਲੈਂਸ ਦਿੱਤੇ ਹੋਏ ਨੇ ਐਜ਼ ਪਰ ਕੈਸ਼ ਬੁੱਕ ਬੈਲੈਂਸ ਹੈ ਜਦੋਂ ਧਿਆਨ ਰੱਖੋ ਜੇ ਬੈਲੈਂਸ ਦੇ ਨਾਲ ਡੈਬਿਟ ਕ੍ਰੈਡਿਟ ਕੁਝ ਨਹੀਂ ਲਿਖਿਆ ਹੋਇਆ ਹੁੰਦਾ ਥਿਸ ਮੀਨਸ ਸਾਫ਼ ਹੁੰਦਾ ਹੈ ਕਿ ਉਹ ਬੈਲੈਂਸ ਪੋਜ਼ਿਟਿਵ ਫੇਵਰੇਬਲ ਬੈਲੈਂਸ ਹੈ ਉਹ ਕੈਸ਼ ਬੁੱਕ ਦਾ ਡੈਬਿਟ ਹੁੰਦਾ ਹੈ ਪਾਸ ਬੁੱਕ ਦਾ ਕ੍ਰੈਡਿਟ ਹੁੰਦਾ ਹੈ ਇਹ ਧਿਆਨ ਰੱਖਿਓ ਤਾਂ ਮੰਨ ਲਈ ਕੈਸ਼ ਬੁੱਕ ਦਾ ਡੈਬਿਟ ਬੈਲੈਂਸ ਹੈ ਚੈੱਕ ਪੀ ਅਗਲੇ ਕੁਐਸਚਨ ਦੇ ਨਾਲ ਨਾਲ ਆਪਾਂ ਇਹ ट्रांजੈਕਸ਼ਨਸ ਨੂੰ ਸਮ BRS ਜਦੋਂ ਬਣਾਣਾ ਹੈ ਆਓ ਅੱਗੇ ਵਧੀਏ ਇਹ ਤੁਹਾਡੀ ਸੁਵਿਧਾ ਲਈ ਮੈਂ ਸੇਮ ਕੁਐਸਚਨ ਦੀ ਜਿਹੜੀ ट्रांजੈਕਸ਼ਨਸ ਨੇ ਇੱਥੇ ਵੀ ਲਿਖੀਆਂ ਨੇ ਉਹ ਸਾਰੀ ਵੀ ਸਾਰੀਆਂ ਆਪਾਂ ਇਹਨੂੰ ਇਕੱਲੇ ਇਕੱਲੇ ਨੂੰ ਪੜਾਂਗੇ BRS ਦਾ ਪਰਫਾਰਮਾ ਤੁਹਾਨੂੰ ਪਤਾ ਹੈ ਪਾਰਟਿਕੁਲਰਸ ਪਲੱਸ ਮਾਈਨਸ ਐਡਲੈਸ ਮੈਥਡ ਹੈ ਬੈਲੈਂਸ ਸਭ ਤੋਂ ਪਹਿਲਾਂ ਕੁਐਸਚਨ ਦੇ ਵਿੱਚ ਉੱਪਰ ਲਿਖਣਾ ਹੁੰਦਾ ਹੈ ਬੈਂਕ ਰਿਕਨਸਾਈਲਡ ਸਟੇਟਮੈਂਟ ਐਜ਼ ਔਨ ਡੇਟ ਲਿਖੀ ਦੀ ਹੈ ਡੇਟ ਬੜੀ ਇੰਪੋਰਟੈਂਟ ਹੁੰਦੀ ਹੈ ਬੈਲੈਂਸ ਐਸ ਪਰ ਕੈਸ਼ ਬੁੱਕ ਬੈਂਕ ਕਾਲਮ ਦੇ ਅਨੁਸਾਰ ਜਿਹੜਾ ਕੈਸ਼ ਬੁੱਕ ਦਾ ਬੈਲੈਂਸ ਹੈ 8000 ਹੈ ਬੈਲੈਂਸ ਐਜ਼ ਪਰ ਕੈਸ਼ ਬੁੱਕ ਪਹਿਲਾ ਇਹ ਆ ਗਿਆ ਸਾਡੇ ਕੋਲ 8000 ਪੋਜ਼ਿਟਿਵ ਬੈਲੈਂਸ ਹੈ 8000 ਜੇ 네ਗੇਟਿਵ ਬੈਲੈਂਸ ਹੁੰਦਾ ਤਾਂ ਉਹ ਲਿਖਦਾ ਕ੍ਰੈਡਿਟ ਬੈਲੈਂਸ ਹੈ ਜਾਂ ਓਵਰਡਰਾਫਟ ਹੈ ਫਿਰ ਅਸੀਂ ਮਾਈਨਸ ਸਾਈਡ ਤੇ ਦਿਖਾਉਂਦੇ ਸਮਝ ਲੱਗਿਆ ਫੇਵਰੇਬਲ ਬੈਲੈਂਸ ਪੋਜ਼ਿਟਿਵ ਹੁੰਦਾ ਤਾਂ ਪਲੱਸ ਸਾਈਡ ਤੇ ਦਿਖਾਣਾ ਹੈ ਸੈਕੰਡ ਐਂਟਰੀ ਚੈਕਸ ਪੇਡ ਇਨਟੂ ਬੈਂਕ ਬਟ ਨੋਟ ਡਿਪੋਜ਼ਿਟਡ ਬਿਫੋਰ 31st ਡਿਸੰਬਰ 5000 ਚੈੱਕ ਬੈਂਕ ਦੇ ਵਿੱਚ ਜਮਾ ਹੋਣ ਵਾਸਤੇ ਭੇਜੇ ਬਿਜ਼ਨਸਮੈਨ ਨੇ ਪਰ ਬੈਂਕਸ ਜਮਾ ਨਹੀਂ ਹੋਈ 31 ਦਸੰਬਰ ਤੱਕ ਹੁਣ ਕਿਉਂਕਿ ਕੈਸ਼ ਬੁੱਕ ਦਾ ਬੈਲੈਂਸ ਹੈ ਧਿਆਨ ਨਾਲ ਦੇਖੋ ਅਸੀਂ ਕੌਣ ਹੈ ਆਪਣੇ ਆਪ ਨੂੰ ਕੀ ਮੰਨਣਾ بزਨਸਮੈਨ بزਨਸਮੈਨ ਨੇ ਜਦੋਂ ਚੈੱਕ ਬੈਂਕਸ ਜਮਾ ਇਹ ਬੜਾ ਸ਼ਾਂਤ ਟੰਗ ਨਾਲ ਸੋਚੋ بزਨਸਮੈਨ ਨੇ ਜਦੋਂ ਚੈੱਕ ਬੈਂਕਸ ਜਮਾ ਹੋਣ ਲਈ ਭੇਜੇ ਤਾਂ ਬੈਂਕ ਦੇ بزਨਸਮੈਨ ਨੇ ਆਪਣੀ ਕੈਸ਼ ਬੁੱਕ ਦੇ ਬੈਂਕ ਕਾਲਮ 'ਚ ਬੈਲੈਂਸ ਵਧਾ ਲਿਆ 5000 ਰੁਪਏ ਬਟ ਬੈਂਕਸ ਜਮਾ ਨਹੀਂ ਹੋਈ ਅਸੀਂ ਬੈਂਕ ਨੂੰ ਤਾਂ ਚੇਂਜ ਕਰ ਨਹੀਂ ਸਕਦੇ 31 ਦਸੰਬਰ ਤੱਕ ਵੀ ਚੇਂਜ ਵੀ ਜਮ੍ਹਾਂ ਕਰਉ। ਅਸੀਂ ਬੈਂਕ ਦੇ ਬਰਾਬਰ ਰੱਖਨੇ ਆ ਆਪਣੇ ਆਪ ਨੂੰ ਤਾਂ ਅਸੀਂ ਆਪਣਾ ਬੈਲੈਂਸ 5000 ਨਾਲ ਮਾਈਨਸ ਕਰ ਦਾਂਗੇ। ਸਾਡਾ ਬੈਲੈਂਸ 5000 ਨਾਲ ਮਾਈਨਸ ਹੋ ਗਿਆ। ਕਲੀਅਰ? ਨੈਕਸਟ 3rd ਵਨ ਚੈਕਸ ਡਿਪੋਜ਼ਿਟ ਬਟ ਨੋਟ ਪ੍ਰੀਜ਼ੈਂਟਡ ਬਾਈ ਕਸਟਮਰ ਟੀਲ 31st ਦਸੰਬਰ 3000। ਚੈੱਕ ਇਸ਼ੂ ਕੀਤੇ। ਇਸ਼ੂ ਮੀਨਸ ਕਿਸੇ ਕਸਟਮਰ ਨੂੰ ਦੇਤੇ ਕੱਟ ਕੇ ਅਸੀਂ ਐਜ਼ ਅ ਬਿਜ਼ਨਸਮੈਨ ਪਰ ਉਹ ਕਸਟਮਰ ਨੇ ਬੈਂਕ ਚ ਪੇਮੈਂਟ ਲਈ ਅਪੇਸ਼ ਹੀ ਨਹੀਂ ਹੋਇਆ ਪੈਸੇ ਨਹੀਂ ਲੈਣ ਗਿਆ ਇਹਦਾ ਮਤਲਬ ਇਹ ਹੁੰਦਾ ਹੈ ਕਲੀਅਰ ਤਾਂ ਉਸ ਹਾਲਤ ਦੇ ਵਿੱਚ ਜਦੋਂ ਚੈੱਕ ਇਸ਼ੂ ਕੀਤਾ ਅਸੀਂ ਕੈਸ਼ ਬੁੱਕ ਦੇ ਵਿੱਚ ਆਪਣਾ ਬੈਲੈਂਸ ਮਾਈਨਸ ਕਰਤਾ ਸੀ ਪਰ ਬੈਂਕ ਨਹੀਂ ਹੋਇਆ ਹੁਣ ਉਸ ਬੈਂਕ ਦੇ ਬਰਾਬਰ ਆਣ ਵਾਸਤੇ ਅਸੀਂ ਐਡ ਕਰ ਲਾਂਗੇ 3000 ਰੁਪਏ ਫੋਰਥ ਹੈ ਬੈਂਕ ਚਾਰजेस 500 ਬੈਂਕ ਨੇ ਖਰਚਾ ਕਰ ਲਿਆ 500 ਰੁਪਏ ਬੈਂਕ ਨੇ ਸਾਡਾ ਬੈਲੈਂਸ ਮਾਈਨਸ ਕਰਤਾ असी भी कर देंगे क्योंकि पैसे जमा करवाते सत्त सौ रुपए समझ लग गया अमा कर लाँगे बैंक के बराबर आने वास्तौ रुपए उस तो बाद, प्लस आइडोल ग्यारह हज़ार सात सौ आ रहा है माइनस आइड का टोटल फाइव थाउजेंड फाइव हंड्रेड आ रहा है डिफरेंस किता क्वेश्चन कैशबुक के बैलेंस ना शुरू होया नीचे आएगा बैलेंस पर पासबुक हूँ असं डिसाइड है डेबिट है या क्रेडिट? मतलब फेवरेबल है अनफेवरेबल? प्लस साइड टोटल ज्यादा है तो फेवरेबल बैलेंस है पासबुक का फेवरेबल बैलेंस कि क्रेडिट बैलेंस समझ लग गया एक ढंग का यह है एक सोचने का नजरिया इमें भी हो सद ध्यान न सोचो मैं अकाउंटिंग पॉइंट ऑफ व्यू तो दसद जिमें फस्ट सी चैक पेट बट नॉट डिपोजिटेल डेट ਚੈੱਕ ਬੈਂਕਸ ਜਮਾ ਹੋਣ ਵਾਸਤੇ ਭੇਜੇ ਤਾਂ ਕੈਸ਼ ਬੁੱਕ ਡੈਬਿਟ ਹੋ ਗਈ ਪਾਸ ਬੁੱਕ ਕ੍ਰੈਡਿਟ ਹੋ ਜਾਣੀ ਚਾਹੀਦੀ ਸੀ ਨਹੀਂ ਹੋਈ ਕ੍ਰੈਡਿਟ ਸਮਝ ਲੱਗਿਆ ਤਾਂ ਥਿਸ ਮੀਨਸ ਉਥੇ ਬੈਲੈਂਸ ਨਹੀਂ ਵਧਿਆ ਭਾਵੇਂ ਕ੍ਰੈਡਿਟ ਨਹੀਂ ਹੋਇਆ ਤਾਂ ਅਸੀਂ ਵੀ ਆਪਣੇ ਬੈਲੈਂਸ ਨੂੰ ਕੀ ਕਰ ਦਾਂਗੇ ਘਟਾ ਦਾਂਗੇ ਘਟਾਉਣ ਦਾ ਮਤਲਬ ਕੀ ਹੋ ਗਿਆ ਕ੍ਰੈਡਿਟ ਕਰ ਦਾਂਗੇ ਕੈਸ਼ ਬੁੱਕ ਦਾ ਬੈਲੈਂਸ ਇਸ ਕਰਕੇ ਮਾਈਨਸ ਹੋ ਗਿਆ ਅਸੀਂ ਇਸ ਤਰ੍ਹਾਂ ਵੀ ਸੋਚ ਸਕਦੇ ਹਾਂ ਤੋੜਾ ਆਪਣਾ ਨਜ਼ਰੀਆ ਇਸ ਤੋਂ ਇਲਾਵਾ ਬੁਕਸ ਦੇ ਵਿੱਚ ਸਟੂਡੈਂਟ ਇਹ ਕੁਐਸਚਨਿੰਗ ਐਡਲੈਸ ਮੈਥਡ ਨਾਲ ਦਿੱਤਾ ਹੋਇਆ ਹੁੰਦਾ ਜਿੰਨੀਆਂ ਐਡ ਹੋ ਰਹੀਆਂ ਨੇ ਇਸ ਬੈਲੈਂਸ ਨੂੰ ਵਧਾਣ ਵਾਲੀਆਂ ਆਈਟਮਸ ਨੇ ਇਨਕਰੀਜ਼ ਕਰਨ ਵਾਲੀਆਂ ਆਈਟਮ ਉਹਨਾਂ ਨੂੰ ਐਡ ਕਰਕੇ ਇਕੱਠੀਆਂ ਲਿਖਦਾ ਇਹ ਪੰਨਿਆਂ ਦੇ ਵਿੱਚੋਂ ਤੇ ਜਿਹੜੀਆਂ ਮਾਈਨਸ ਕਰਨ ਵਾਲੀਆਂ ਨੇ ਜਿਵੇਂ 5000 ਤੇ 500 ਉਹਨਾਂ ਨੂੰ ਲੈਸ ਕਰਕੇ ਅਲੱਗ ਲਿਖਦਾ ਕਿਉਂਕਿ ਉਹਦੇ ਨਾਲ ਬੈਲੈਂਸ ਘਟਦਾ ਹੈ ਜਾਂ ਵੱਧਦਾ ਹੈ ਕਿਹੜਾ ਬੈਲੈਂਸ ਜੋ ਬੈਲੈਂਸ ਸਾਨੂੰ ਇੱਥੇ ਦਿੱਤਾ ਹੋਇਆ ਹੁੰਦਾ ਸਟਾਰਟਿੰਗ ਦੇ ਵਿੱਚ ਕੁਐਸਚਨ ਦੇ ਵਿੱਚ ਕਿਸ ਤਰ੍ਹਾਂ ਹੁੰਦਾ ਫਿਰ ਉਹ ਚੰਗ ਦੇਣਾ ਸੇਮ ਕੁਐਸਚਨ ਹੈ ਬੈਲੈਂਸ ਐਜ਼ ਪਰ ਕੈਸ਼ ਬੁੱਕ 8000 ਇਹ ਪਹਿਲਾਂ ਐਡ ਵਾਲੀਆਂ ਆਈਟਮਸ ਜਿਹੜੀਆਂ ਵੀ ਸੀ ਉਹ ਇਕੱਠੀਆਂ ਲਿਖਤੀਆਂ ਵਿੱਚੋਂ ਲੱਭ ਕੇ ਇੱਕ ਇੱਕ ट्रांजैक्शन ਨੂੰ ਦੇਖਣਾ ਪੈਂਦਾ ਐਡ ਵਾਲੀਆਂ ਨਾਲ ਅਲੱਗ ਲੈਸ ਵਾਲੀਆਂ ਨਾਲ ਇੱਥੇ ਥੋੜੀ ਜਗ੍ਹਾ ਛੱਡ ਲੈਣੀ ਚਾਹੀਦੀ ਐਡ ਪਤਾ ਨਹੀਂ ਕਿੰਨੀਆਂ ਕ ਆਈਟਮ ਆਉਣਗੀਆਂ ਤੇ ਇਹ 4 5 ਕੁਐਸਚਨ ਜਦੋਂ ਸਟਾਰਟਿੰਗ ਹੁੰਦਾ ਤੇ ਫਿਰ ਲੈਸ ਵਾਲੀਆਂ ਜੇ ਪਹਿਲਾਂ ਡਿਸਾਈਡ ਕਰ ਲੋ ਕਿ ਕਿੰਨੀਆਂ ਐਡ ਵਾਲੀਆਂ ਆਈਟਮਸ ਨੇ ਜਿਹਦੇ ਨਾਲ ਸਾਡਾ ਇਹ ਬੈਲੈਂਸ ਐਡ ਹੋਣਾ ਹੈ ਵਧਣਾ ਹੈ ਕਿ ਮੈਂ ਇੱਕ ਛੋਟੇ ਜਿਹੇ ਐਗਜ਼ਾਮਪਲ ਦੱਸਦਾ ਜਿਵੇਂ ਬੈਂਕ ਚਾਰਜਸ ਹੁਣ ਦੇਖੋ ਲੈਸ ਦੇ ਵਿੱਚ ਕਿਉਂ ਸ਼ਾਮਿਲ ਕੈਸ਼ ਬੁੱਕ ਦਾ ਬੈਲੈਂਸ ਦਿੱਤਾ ਵੈਸੀ 8000 ਅਸੀਂ ਬਿਜ਼ਨਸਮੈਨ ਹੈ ਬੈਂਕ ਨੇ 500 ਬੈਂਕ ਚਾਰजेस ਲਈ ਕੱਟ ਲਏ ਸਾਡੀ ਪਾਸ ਬੁੱਕ 'ਚ ਡੈਬਿਟ ਕਰਤੇ ਮੀਨ ਸਾਡਾ ਬੈਲੈਂਸ ਘਟਾਤਾ ਤਾਂ ਅਸੀਂ ਵੀ ਘਟਾਵਾਂਗੇ ਉਹਦੇ ਨਾਲ ਸਾਡੀ ਜਦੋਂ ਅਸੀਂ ਘਟਾਵਾਂਗੇ ਤਾਂ ਸਾਡੀ ਕੈਸ਼ ਬੁੱਕ ਦਾ ਬੈਲੈਂਸ ਜਿਹੜਾ ਡੈਬਿਟ ਹੈ ਉਹ ਘਟ ਜਾਣਾ ਇਸ ਕਰਕੇ ਬੈਂਕ ਚਾਰਜ ਨੂੰ ਅਸੀਂ ਲੈਸ 'ਚ ਸ਼ਾਮਿਲ ਕਰਤਾ 500 ਸਮਝ ਲੱਗਿਆ ਇੱਕ ਹੋਰ ਦੇਖ ਲਓ ਇਸ ਤਰ੍ਹਾਂ ਚੈੱਕ ਪੇਡ ਬਟ ਨਾ ਡਿਪੋਜ਼ਿਟਿਡ ਚੈੱਕ ਜਮਾ ਹੋਣ ਵਾਸਤੇ ਭੇਜੇ ਬੈਲੈਂਸ ਕੈਸ਼ ਬੁੱਕ ਦੇ ਵਿੱਚ ਵੱਚ ਚੁੱਕਿਆ ਸੀ ਜਿਸ ਕਰਕੇ ਇਹ ਬੈਲੈਂਸ 8000 ਆਇਆ ਸੀ ਬਟ ਬੈਂਕ 'ਚ ਜਮਾਨੀ ਹੋਈ ਬੈਂਕ ਦੇ ਵਿੱਚ ਬੈਲੈਂਸ ਘਟਿਆ ਹੋਇਆ ਤਾਂ ਅਸੀਂ ਵੀ ਘਟਾ ਦਾਂਗੇ ਕੈਸ਼ ਬੁੱਕ ਦਾ ਬੈਲੈਂਸ ਡੈਬਿਟ ਹੈ ਘਟੇਗਾ ਕਿਵੇਂ ਜੇ ਅਸੀਂ ਇਹਨੂੰ ਮਾਈਨਸ ਕਰ ਦਾਂਗੇ ਕ੍ਰੈਡਿਟ ਕਰ ਦਾਂਗੇ ਸਮਝ ਲਗਾ ਕੈਸ਼ ਬੁੱਕ ਦਾ ਬੈਲੈਂਸ ਜਦੋਂ ਵੀ ਕ੍ਰੈਡਿਟ ਹੁੰਦਾ ਮੀਨਸ ਜਦੋਂ ਵੀ ਡੈਬਿਟ ਹੁੰਦਾ ਮੀਨਸ ਕੀ ਹੁੰਦਾ ਐਡ ਪਲੱਸ ਇਸ ਕਰਕੇ ਐਡ ਲੈਸ ਮੈਥਡ ਦੇ ਵਿੱਚ ਵੀ ਐਂਡ 'ਚ ਬੈਲੈਂਸ ਸੇਮ ਆਣਾ ਹੈ ਬੈਲੈਂਸ ਐਸ ਪਰ ਕੈਸ਼ ਬੁੱਕ ਪਲਸ ਦੀਆਂ ਆਈਟਮ ਜ਼ਿਆਦਾ ਨੇ ਮਾਈਨਸ ਦੀਆਂ ਘੱਟ 6200 ਰੁਪਏ ਕੀ ਆ ਗਿਆ ਪੋਜ਼ਿਟਿਵ ਬੈਲੈਂਸ ਆ ਗਿਆ ਕੈਸ਼ ਬੁੱਕ ਦਾ ਪੋਜ਼ਿਟਿਵ ਬੈਲੈਂਸ ਕੀ ਹੁੰਦਾ ਹੈ ਕ੍ਰੈਡਿਟ ਪੋਜ਼ਿਟਿਵ ਕਿਉਂ ਹੈ ਕਿਉਂਕਿ ਪਲਸ 사이ਡ ਦਾ ਟੋਟਲ ਜ਼ਿਆਦਾ ਹੈ ਕੁਐਸਚਨ ਨੂੰ ਤੁਸੀਂ ਉਸ ਤਰ੍ਹਾਂ ਕਰੋ ਜਾਂ ਇਸ ਤਰ੍ਹਾਂ ਬਟ ਮੇਰੀ ਸੁਜੈਸ਼ਨ ਹੈ ਜੋ ਫਰਸਟ ਮੈਥਡ ਮੈਂ ਕਰਾ ਰਿਹਾ ਸੀ ਉਹ ਬੈਸਟ ਹੈ ਜਿਹੜਾ ਵੀ ਐਂਟਰੀ ਆਈ ਜਾਂਦੀ ਉਹਨੂੰ ਲਿਖਦੇ ਜਾਓ ਪਲਸ ਜਾਂ ਮਾਈਨਸ ਸਾਈਡ ਦੇ ਉੱਤੇ ਉਹਨੂੰ ਐਂਟਰ ਕਰਦੇ ਜਾਓ ਆਓ ਅੱਗੇ ਵਧਿਓ ਇੱਕ ਹੋਰ ਕੁਐਸਚਨ ਕਰਦੇ ਹਾਂ ਪ੍ਰਪੇਅਰ ਬੀ ਆਰ ਐਸ ਔਨ 31st ਡਿਸੰਬਰ ਫਰਮ ਫਾਲਿੰਗ ਓਵਰਡਰਾਫਟ অর ਕ੍ਰੈਡਿਟ ਬੈਲੈਂਸ ਐਸ ਪਰ ਕੈਸ਼ ਬੁੱਕ ਦਿੱਤਾ ਹੋਇਆ ਇਸ ਵਾਰ ਓਵਰਡਰਾਫਟ ਹੈ ਯਾ ਕੈਸ਼ ਬੁੱਕ ਦਾ ਕ੍ਰੈਡਿਟ ਬੈਲੈਂਸ ਹੈ ਦਾ ਮਤਲਬ ਨੇਗੇਟਿਵ ਬੈਲੈਂਸ ਹੁੰਦਾ ਹੈ ਮਾਈਨਸ ਵਾਲੀ ਸਾਈਡ ਤੇ ਬੈਲੈਂਸ ਦਿਖਾ ਕੇ ਕੁਐਸਚਨ ਸ਼ੁਰੂ ਹੋਏਗਾ ਸਟੂਡੈਂਟਸ ਤੇ ਅਸੀਂ ਇਹ ਐਂਟਰੀਜ਼ ਉੱਥੇ ਨਾਲ-ਨਾਲ ਦੇਖਾਂਗੇ ਜਿਹੜੀਆਂ ਇੱਥੇ ਲਿਖੀਆਂ ਵੀਆਂ ਨੇ ਕਿਸ ਤਰ੍ਹਾਂ ਬਣਾਉਣਾ ਆਓਗੇ ਵਧੀਏ ਸਭ ਤੋਂ ਪਹਿਲਾਂ ਬੈਲੈਂਸ ਐਸ ਪਰ ਕੈਸ਼ ਬੁੱਕ ਕ੍ਰੈਡਿਟ ਯਾ ਓਵਰਡਰਾਫਟ ਬੈਲੈਂਸ ਹੈ 9000 ਸਾਨੂੰ ਕੁਐਸਚਨ ਦੇ ਵਿੱਚ ਦਿੱਤਾ ਹੋਇਆ ਹੈ ਇਹ 9000 ਫਸਟ ਅਸੀਂ 네ਗੇਟਿਵ ਬੈਲੈਂਸ ਦਿ checks paid into bank but not deposited before 31st december 4000 check bank jama hon vaste bheje hun dhyan naal dekho cash book da balance hai overdraft hai check bank jama hon vaste bheje socho ta us hal de vich bank ch jama nahi hoye cash book da balance asi increase kar liya hovega par bank plus kar liya hovega matlab ਬਟ ਬੈਂਕ ਦਾ ਬੈਲੈਂਸ ਇਨਕਰੀਜ਼ ਨਹੀਂ ਹੋਇਆ ਕਿਉਂਕਿ ਉੱਤੇ ਚੈੱਕ ਜਮ੍ਹਾਂ ਨਹੀਂ ਹੋਇਆ ਤਾਂ ਅਸੀਂ ਮਾਈਨਸ ਕਰ ਦਾਂਗੇ ਸਮਝ ਲੱਗਿਆ ਅਸੀਂ 4000 ਕੀ ਕਰਤਾ ਮਾਈਨਸ ਇੱਕ ਤੰਗ ਇਸ ਤਰ੍ਹਾਂ ਵੀ ਸੋਚ ਸਕਦੇ ਹਾਂ ਕਿ ਅਸੀਂ ਜਦੋਂ 4000 ਜਮ੍ਹਾਂ ਹੋਣ ਵਾਸਤੇ ਭੇਜੇ ਤਾਂ 4000 ਨਾਲ ਸਾਡਾ ਬੈਲੈਂਸ ਵਧਾਤਾ ਸੀ ਸਾਡਾ ਓਵਰਡਰਾਫਟ 9000 ਰਹਿ ਗਿਆ ਸੀ ਪਰ ਜੇ ਅਸੀਂ ਆਪਣਾ ਬੈਲੈਂਸ ਘਟਾਵਾਂਗੇ ਤਾਂ ਓਵਰਡਰਾਫਟ ਹੋਰ ਵੱਧ ਜਾਣਾ ਹੈ ਓਵਰਡਰਾਫਟ ਦਾ ਬੈਲੈਂਸ ਨੈਗੇਟਿਵ ਹੁੰਦਾ ਇਸ ਕਰਕੇ ਨੈਗੇਟਿਵ ਹੋਰ ਵੱਧ ਜਾਣਾ ਹੈ ਅਸੀਂ ਇਸ ਤਰ੍ਹਾਂ ਵੀ ਸੋਚ ਸਕਦੇ ਹਾਂ ਨੈਕਸਟ ਵਨ ਬੈਸਟ ਵੇ ਉਹੀ ਹੈ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਮੈਂ ਦੱਸਿਆ ਇਹ ਟੈਕਨੀਕ ਬੈਸਟ ਹੈ ਜਿਵੇਂ ਥਰਡ ਐਂਟਰੀ ਕਰਦੇ ਮੈਂ ਉਸ ਤਰੀਕੇ ਨਾਲ ਚੈਕਸ ਇਸ਼ੂਡ বাট ਨੋਟ ਪ੍ਰੀਜ਼ੈਂਟਡ ਬਾਈ ਦਾ ਕਸਟਮਰ ਟੇਲ 31 ਜਨਵਰੀ 2000 ਚੈਕ ਇਸ਼ੂ ਕੀਤੇ ਅਸੀਂ ਬਿਜ਼ਨਸਮੈਨ ਹੈ ਕਿਉਂਕਿ ਕੈਸ਼ ਬੁੱਕ ਦਾ ਬੈਲੈਂਸ ਹੈ ਅਸੀਂ ਆਪਣਾ ਬੈਲੈਂਸ ਮਾਈਨਸ ਕਰਤਾ ਘਟਾਤਾ ਕਿਉਂਕਿ ਚੈਕ ਇਸ਼ੂ ਕਰ ਲੇ ਕੈਸ਼ ਬੁੱਕ ਦਾ ਬੈਲੈਂਸ ਸਮਝ ਲੱਗਿਆ ਪਰ ਕਸਟਮਰ ਉਥੇ ਪੈਸੇ ਲੈਣ ਨਹੀਂ ਗਿਆ ਉਹਨੇ ਪੇਮੈਂਟ ਲਈ ਪੇਸ਼ ਹੀ ਨਹੀਂ ਕੀਤੇ ਬੈਂਕ ਚ ਤਾਂ ਬੈਂਕ ਦਾ ਬੈਲੈਂਸ ਤਾਂ ਇਨਕਰੀਜ਼ ਹੋਇਆ ਹੋਇਆ ਉਥੇ ਪੇਮੈਂਟ ਤਾਂ ਸੀ ਵੀ ਬੈਂਕ ਦੇ ਬਰਾਬਰ ਆਉਣ ਵਾਸਤੇ ਇਨਕਰੀਜ਼ ਕਰ ਦਾਂਗੇ ਮੈਂ ਪਹਿਲਾਂ ਦੱਸਿਆ ਜੇ ਅਸੀਂ ਬਿਜ਼ਨਸਮੈਨ ਹੈ ਤਾਂ ਬੈਂਕ ਦੇ ਅਕੋਰਡਿੰਗਲੀ ਆਪਣੇ ਆਪ ਨੂੰ ਚੇਂਜ ਕਰਨਾ ਹੈ ਜੇ ਅਸੀਂ ਬੈਂਕਾਂ ਦੇ ਪਾਸਬੁੱਕ ਦਾ ਬੈਲੈਂਸ ਹੈ ਫਿਰ ਅਸੀਂ ਬਿਜ਼ਨਸਮੈਨ ਦੇ ਅਕੋਰਡਿੰਗਲੀ ਚੇਂਜ ਕਰਨਾ ਹੈ ਆਪਣੇ ਆਪ ਨੂੰ ਪਲੱਸ ਜਾਂ ਮਾਈਨਸ 3rd 4th ਵਨ ਹੈ ਬੈਂਕ ਚਾਰਜਿਸ ਡੈਬਿਟਡ ਬਾਏ ਬੈਂਕ ਬੈਂਕ ਨੇ 400 ਰੁਪਏ ਬੈਂਕ ਦੇ ਖਰਚਾ ਘਟ ਲਿਆ ਖਰਚਾ ਘਟਿਆ ਤਾਂ ਧਿਆਨ ਨਾਲ ਸੋਚੋ ਇਹਦਾ ਮਤਲਬ ਜਦੋਂ ਇੰਨਾ ਕਿ ਲਿਖਿਆ ਹੋਵੇ ਤਾਂ ਸਾਫ਼ ਹੈ ਕਿ ਕੈਸ਼ ਬੁੱਕ ਵਾਲੇ ਜੋ ਓਨਰ ਹੈ ਬਿਜ਼ਨਸ ਦਾ ਮਾਲਕ ਨੂੰ ਨਹੀਂ ਪਤਾ ਇਸਾਫ ਹੈ ਅਸਮਪਸ਼ਨ ਹੁੰਦੀ ਹੈ ਇਸ ਚੀਜ਼ ਦੀ ਕਿ ਬੈਂਕ ਨੇ ਚਾਰਜ ਕੀਤੇ ਨੇ 400 ਥਿਸ ਮੀਨਸ ਬਿਜ਼ਨਸਮੈਨ ਨੂੰ ਨਹੀਂ ਪਤਾ ਤਾਂ ਬੈਂਕ ਨੂੰ ਜਦੋਂ ਬੈਲੈਂਸ ਸਾਡਾ ਬੈਂਕ ਨੇ ਘਟਾਤਾ ਤਾਂ ਅਸੀਂ ਵੀ ਘਟਾ ਦਾਂਗੇ ਧਿਆਨ ਨਾਲ ਸੋ ਤੁਸੀਂ ਕੋਈ ਖਰਚਾ ਪੈ ਰਿਹਾ ਤਾਂ ਓਵਰਡਰਾਫਟ ਹੋਰ ਵਧੇਗਾ ਓਵਰਡਰਾਫਟ 900 ਹੈ 400 ਹੋਰ ਐਡ ਹੋਗੇ ਦਾ ਮੰਨ ਲਓ ਇਸ ਤਰ੍ਹਾਂ ਵੀ ਸੋਚ ਸਕਦੇ ਹੋ ਸਟੂਡੈਂਟਸ ਪਰ ਬੈਸਟ ਰੋਹੀਆ ਜਿਹੜਾ ਮੈਂ ਦੱਸ ਰਿਹਾ ਕਿ ਬੈਂਕ ਨੇ ਘਟਾਤਾ ਅਸੀਂ ਵੀ ਘਟਾ ਦਾਂਗੇ ਨੈਕਸਟ ਚੈਕਸ ਡਾਇਰੈਕਟਲੀ ਡਿਪੋਜ਼ਿਟਡ ਬਾਈ ਕਸਟਮਰ ਇਨ ਦਾ ਬੈਂਕ ਚੈੱਕ ਸਿੱਧੇ ਬੈਂਕ ਦੇ ਵਿੱਚ ਜਮ 400 ਇਹ ਦਿੱਤਾ ਵਿਆ ਸੀ 5th ਐਂਟਰੀ ਦੇ ਵਿੱਚ ਤਾਂ ਅਸੀਂ ਵੀ ਵਧਾਤਾ ਇੰਟਰਸਟ ਔਨ ਓਵਰਡਰਾਫਟ ਡੈਬਿਟਡ ਬਾਏ ਬੈਂਕ ਜਦੋਂ ਬੈਂਕ ਸਾਨੂੰ ਇੰਟਰਸਟ ਦਿੰਦਾ ਹੈ ਤਾਂ ਉਹ ਸਾਡੇ ਅਕਾਊਂਟ 'ਚ ਕ੍ਰੈਡਿਟ ਕਰਦਾ ਹੈ ਜੇ ਸਾਡੇ ਤੋਂ ਚਾਰਜ ਕਰ ਰਿਹਾ ਕਿਉਂਕਿ ਓਵਰਡਰਾਫਟ ਹੈ 700 ਤਾਂ ਸਾਡਾ ਬੈਲੈਂਸ ਘਟਾ ਦਿੰਦਾ ਹੈ ਇੰਟਰਸਟ ਚਾਰਜ ਕੀਤਾ ਬੈਂਕ ਨੇ 700 ਰੁਪਏ ਸਾਡਾ ਬੈਲੈਂਸ ਘਟ ਗਿਆ ਤਾਂ ਐਜ਼ ਅ ਬਿਜ਼ਨਸਮੈਨ ਅਸੀਂ ਵੀ ਘਟਾ ਦਾਂਗੇ 700 ਰੁਪਏ ਨਾਲ ਐਂਡ 'ਚ ਬੈਲੈਂਸ ਕਢੋ ਜੋ ਮਾਈਨਸ ਸਾਈਡ 'ਦਾ ਆ ਰਿਹਾ ਟੋਟਲ 14100 जो प्लस साइड है वो सिर्फ चौबीस सौ है डिफरेंस जो कैलकुलेटता ग्यारह हज़ार सात सौ आ गया ग्यारह हज़ार सात सौ इतने डिफरेंस दिखा के बैलेंस एज पर पासबुक भी लिख देना क्योंकि कैशबुक का बैलेंस ही नीचे पासबुक का आएगा चौदह हज़ार एक सौ चौदह हज़ार एक सौ हूँ असं डिसाइड करना यह बैलेंस कहना फेवरेबल है जनफेवरेबल डैबिट है या क्रैडिट है ध्यान सुनो मेरी गल क्योंकि नैगेटिव साइड का टोटल ज्यादा है पॉजिटिव साइड का घाट है ਤਾਂ ਇਹ ਜਿਹੜਾ ਕ੍ਰੈਡਿਟ ਲਿਖਿਆ ਹੋਇਆ ਹੈ ਟੋਟਲ ਗਲਤ ਹੈ ਸਟੂਡੈਂਟਸ ਇਥੇ ਡੈਬਿਟ ਆਉਣਾ ਚਾਹੀਦਾ ਸੀ ਕਿਉਂਕਿ ਇਹ ਅਨਫੇਵਰੇਬਲ ਨੈਗੇਟਿਵ ਬੈਲੈਂਸ ਹੈ ਇਹ ਕਲੀਅਰ ਕਿਉਂਕਿ ਮਾਈਨਸ ਸਾਈਡ ਜ਼ਿਆਦਾ ਆ ਰਿਹਾ ਹੈ ਓਵਰਡਰਾਫਟ ਦੇ ਵਿੱਚ ਸਾਡੇ ਕੋਲ 114700 ਜਿਹੜਾ ਹੈ ਬੈਲੈਂਸ ਆ ਗਿਆ 댓 ਇਜ਼ ਓਵਰਡਰਾਫਟ ਡੈਬਿਟ ਬੈਲੈਂਸ ਸਮਝ ਲੱਗਿਆ ਨੈਕਸਟ ਅੱਗੇ ਵਧਦੇ ਹਾਂ ਸਟੂਡੈਂਟ ਇੱਕ ਹੋਰ ਕੁਐਸਚਨ ਹੈ from following particulars prepare bank reconciliation statement as on 31st december four star private limited overdraft as per bank statement 17000 deta hoya is var bank statement da matlab passbook da balance hai 17000 te overdraft hai baki entries asi naal naal padange utthe karde aage badde student sab to pehla overdraft deta hoya hai 17000 asi balance as per passbook डेबिट बैलेंस ਹੁੰਦਾ ਓਵਰਡਰਾਫਟ ਪਾਸਬੁਕ ਦਾ 17000 네ਗੇਟਿਵ ਦਿਖਾਦਾ ਕਿਉਂਕਿ 네ਗੇਟਿਵ ਹੈ ਓਵਰਡਰਾਫਟ ਚੈੱਕ ਇਸ਼ੂਡ ਬਟ ਨੋਟ ਇਨਕੈਸ਼ਡ ਡਿਊਰਿੰਗ ਦਾ ਅਗਸਟ 2200 ਚੈੱਕ ਇਸ਼ੂ ਕੀਤੇ ਹੁਣ ਧਿਆਨ ਨਾਲ ਸੋਚੋ ਪਾਸਬੁਕ ਦਾ ਬੈਲੈਂਸ ਹੈ ਤਾਂ ਅਸੀਂ ਬੈਂਕ ਹੈ ਅਸੀਂ ਬਿਜ਼ਨਸਮੈਨ ਦੇ ਅਕੋਰਡਿੰਗਲੀ ਆਪਣੇ ਆਪ ਨੂੰ ਚੇਂਜ ਕਰਨਾ ਹੈ ਬੈਂਕ ਨੂੰ ਚੇਂਜ ਕਰਨਾ ਹੈ ਕਸਟਮਰ ਨੇ ਜੋ ਸਾਡਾ ਬੈਂਕ ਦਾ ਕਸਟਮਰ ਸੀ ਬਿਜ਼ਨਸਮੈਨ ਸੀ ਉਹਨੇ ਚੈੱਕ ਇਸ਼ੂ ਕੀਤੇ ਉਹਨੇ ਆਪਣਾ ਬੈਲੈਂਸ ਘਟਾਤਾ ਹੋਣਾ 2200 ਰੁਪਏ ਪਰ ਕਿ ਜਿਨ੍ਹਾਂ ਨੂੰ ਚੈੱਕ इशੂ ਕੀਤੇ ਸੋ ਇਨ ਕੈਸ਼ ਕਰਵਾ ਨਹੀ ਆਏ ਪਾ ਪੈਸਾ ਲੈ ਨਹੀ ਆਏ ਬਿਜ਼ਨਸਮੈਨ ਘਟ ਚੁਕੇ ਤਾਂ ਅਸੀਂ ਵੀ ਘਟਾ ਦਾਂਗੇ 2200 ਰੁਪਏ ਡਿਵੀਡੈਂਡ ਔਨ ਸ਼ੇਅਰਸ ਕਲੈਕਟਡ ਬਾਈ ਬੈਂਕਰਸ 2300 ਰੁਪਏ ਬੈਂਕ ਨੇ 2300 ਰੁਪਏ ਦੇ ਡਿਵੀਡੈਂਡ ਹੁੰਦਾ ਹੈ ਲਾਭ ਅੰਸ਼ ਦਾ ਹਿੱਸਾ ਸ਼ੇਅਰਾਂ ਦੇ ਉੱਤੇ ਕਸਟਮਰ ਦੇ ਅਕਾਊਂਟਸ ਜਮਾ ਕਰਤਾ ਥਿਸ ਮੀਨਸ ਬਿਜ਼ਨਸਮੈਨ ਨੂੰ ਬਾਦਾਨੀ ਬਿਜ਼ਨਸਮੈਨ ਨੇ ਜਮਾ ਨਹੀਂ ਕੀਤਾ ਤਾਂ ਅਸੀਂ ਬੈਂਕਾਂ ਤਾਂ ਅਸੀਂ ਵੀ ਆਪਣਾ ਬੈਲੈਂਸ ਘਟਾ ਦਾਂਗੇ 2300 ਰੁਪਏ ਨਾਲ ਡਿਵੀਡੈਂਡ ਕਲੈਕਟਡ ਬਾਈ ਬੈਂਕ ਇੰਟਰਸਟ ਚਾਰਜਡ ਬਾਇ ਬੈਂਕ ਰਿਕਾਰਡਡ ਟੂ ਵਾਈਸ ਇਨ ਕੈਸ਼ ਬੁੱਕ ਇਹ ਧਿਆਨ ਨਾਲ ਸਮਝੋ ਇੰਟਰਸਟ ਚਾਰਜ ਕੀਤਾ ਬੈਂਕ ਨੇ ਵਪਾਰੀ ਨੇ ਵੀ ਲਿਖਤਾ ਬਿਜ਼ਨਸਮੈਨ ਨੇ ਪਰ ਦੋ ਵਾਰੀ ਲਿਖਤਾ ਦੋ ਵਾਰੀ ਲਿਖਣ ਨਾਲ ਉਹਦਾ ਬੈਲੈਂਸ ਦੋ ਵਾਰੀ ਘਟ ਗਿਆ ਤਾਂ ਅਸੀਂ ਵੀ ਇੱਕ ਵਾਰੀ ਹੋਰ ਘਟਾ ਦਾਂਗੇ ਤਾਂ ਕਿ ਉਹਦੇ ਬਰਾਬਰ ਆ ਸਕੇ ਇੰਟਰਸਟ ਚਾਰਜ ਰਿਕਾਰਡਡ ਟੂ ਵਾਈਸ ਇਨ ਕੈਸ਼ ਬੁੱਕ 500 ਵਾਲਾ ਅਸੀਂ ਵੀ ਆਪਣਾ ਬੈਲੈਂਸ ਘਟਾਤਾ ਇਥੇ ਠੀਕ ਜਾਂ ਗਲਤ ਨਹੀਂ ਸੋਚਣਾ ਹੁੰਦਾ ਸਿਰਫ ਮਿਲਾਨ ਕਰਨਾ ਹੈ ਅਸੀਂ चेक डिपॉजिटेड एज पर बैंक स्टेटमेंट नॉट एंटर्ड इन कैश बुक चेक जमा ਕੀਤੇ ਬੈਂਕ ਦੇ ਵਿੱਚ ਪਰ ਕੈਸ਼ ਬੁੱਕਸ ਜਮਾ ਨਹੀਂ ਹੋਏ ਕੈਸ਼ ਬੁੱਕ ਦਾ ਬੈਲੈਂਸ ਘਟਿਆ ਹੋਇਆ 3400 ਰੁਪਏ ਨਾਲ ਤਾਂ ਅਸੀਂ ਵੀ ਘਟਾ ਦਾਂਗੇ क्रेडिट साइड ऑफ द बैंक कॉलम कैश बुक कास्ट शॉर्ट 1000 ਕੈਸ਼ ਬੁੱਕ ਦੀ क्रेडिट साइड पेमेंट साइड ਹੁੰਦੀ ਹੈ कास्ट शॉर्ट मींस ਘਟ ਦਿਖਾਇਆ ਗਿਆ 1000 ਰੁਪਏ ਪੇਮੈਂਟ ਜੇ 1000 ਰੁਪਏ ਘਟ ਦਿਖਾਈ ਗਈ ਹੈ ਥਿਸ मींस ਬੈਲੈਂਸ ਉਥੇ ਜ਼ਿਆਦਾ ਜੇ ਪੇਮੈਂਟ ਕੱਟ ਹੋਈ ਹੈ ਥਿਸ ਮੀਨਸ ਬੈਲੈਂਸ ਜ਼ਿਆਦਾ ਵਧਿਆ ਵਿਆ ਉਥੇ ਤਾਂ ਅਸੀਂ ਵੀ ਵਧਾ ਦਾਂਗੇ ਇਨਕਰੀਜ਼ ਕਰ ਦਾਂਗੇ ਕ੍ਰੈਡਿਟ ਸਾਈਡ ਆਫ ਕੈਸ਼ ਬੁੱਕ ਕਾਸਟ ਸ਼ੋਰਟ 1000 ਕਲੱਬ ਡਿਊਜ਼ ਪੇਡ ਬਾਏ ਬੈਂਕ ਐਸ ਪਰ ਸਟੈਂਡਿੰਗ ਇਨਸਟਰਕਸ਼ਨ ਨਾਟ ਰਿਕਾਰਡਡ ਇਨ ਕੈਸ਼ ਬੁੱਕ ਕਲੱਬ ਦੀ ਕੋਈ ਫੀਸ ਸੀ ਬੈਂਕ ਨੇ ਪੇਮੈਂਟ ਕਰਤੀ ਕੈਸ਼ ਬੁੱਕ ਚ ਲਿਖਿਆ ਨਹੀਂ ਵਿਆ ਬੈਂਕ ਦਾ ਬੈਲੈਂਸ ਘਟ ਗਿਆ ਬਿਜ਼ਨਸਮੈਨ ਨੇ ਘਟਾਇਆ ਨਹੀਂ ਤਾਂ ਅਸੀਂ ਵੀ ਕੀ ਕਰ ਦਾਂਗੇ ਵਧਾ ਦਾਂਗੇ ਬਿਜ਼ਨਸਮੈਨ ਦੇ ਬਰਾਬਰ ਆਉਣ ਵਾਸਤੇ ਕਿਉਂਕਿ ਅਸੀਂ ਬੈਂਕ ਹੈ ਹੁਣ ਪਾਸਬੁੱਕ ਦੇ ਬੈਲੈਂਸ ਨਾਲ ਕੁਐਸਚਨ ਕਰ टू आउट स्टेशन आउट स्टेशन चेकसी बाहरले किसी शहर ਦੇ ਚੈੱਕ ਹੋਣੇ ਕਿਸੇ ਬੈਂਕ ਦੀ ਬ੍ਰਾਂਚ ਦੇ अनक्रेडिटड मींस क्रेडिट ਨਹੀਂ ਹੋਏ ਜਮਾ ਨਹੀਂ ਹੋਏ ਦਿਸ मींस ਕਸਟਮਰ ਨੇ ਚੈੱਕ ਜਮਾ ਹੋਣ ਵਾਸਤੇ ਭੇਜੇ ਉਹਨੇ ਆਪਣੀ ਕੈਸ਼ ਬੁక్స్ ਵਧਾ ਲੈ ਹੋਣੇ ਬੈਂਕ ਚ ਹਜੇ ਤੱਕ ਕ੍ਰੈਡਿਟ ਨਾ ਹੀ ਹੋਏ ਤਾਂ ਬੈਂਕ ਨੂੰ ਵੀ ਉਹਦੇ ਬਰਾਬਰਾਂ ਲਈ ਵਧਾ ਲੈਣਾ ਚਾਹੀਦਾ ਕਿੰਨਾ 3900 ਰੁਪਏ ਦੇ ਵਿੱਚ ਵਧ ਗਏ ਮਤਲਬ ਪਲੱਸ ਹੋ ਗਏ ਬੈਲੈਂਸ ਐਸ ਪਰ ਕੈਸ਼ ਬੁੱਕ ਆ ਗਿਆ ਕਿਉਂਕਿ ਮਾਈਨਸ ਸਾਈਡ ਦਾ ਟੋਟਲ ਆ ਰਿਹਾ 25400 ਤੇ ਪਲੱਸ ਸਾਈਡ ਦਾ ਟੋਟਲ ਉਸ ਤੋਂ ਘੱਟ ਆ ਰਿਹਾ ਆਲਮੋਸਟ 6100 ਆ ਰਿਹਾ ਡਿਫਰੈਂਸ ਕਿੰਨਾ ਹੋ ਗਿਆ 19300 ਇਹ ਜਿਹੜਾ ਡਿਫਰੈਂਸ ਹੈ ਕਿਉਂਕਿ ਮਾਈਨਸ ਸਾਈਡ ਜ਼ਿਆਦਾ ਹੈ ਕੈਸ਼ ਬੁੱਕ ਦਾ ਬੈਲੈਂਸ ਹੈ ਤਾਂ ਓਵਰਡਰਾਫਟ ਹੈ ਜਿਹਨੂੰ ਕ੍ਰੈਡਿਟ ਬੈਲੈਂਸ ਕਹਿੰਦੇ ਕਲੀਅਰ ਇਸ ਢੰਗ ਦੇ ਨਾਲ ਅਸੀਂ ਕੁਐਸਚਨ ਨੂੰ ਕਰ ਸਕਦੇ ਹਾਂ ਇਸ ਤੋਂ ਇਲਾਵਾ ਇਸ ਕੁਐਸਚਨ ਨੂੰ ਆਪਾਂ ਇਸ ਢੰਗ ਨਾਲ ਵੀ ਲਿਖ ਸਕਦੇ ਹਾਂ ਜਿਵੇਂ ਬੁੱਕਸ ਦੇ ਵਿੱਚ ਆਮ ਤੌਰ ਤੇ ਦਿੱਤਾ ਜਾਂਦਾ ਹੈ ਓਵਰਡਰਾਫਟ ਦਿੱਤਾ ਵੈ 1700 ਇਸ ਸਾਰੀਆਂ ਉਹ ਆਈਟਮਸ ਨੇ ਜਿਨ੍ਹਾਂ ਨਾਲ ਓਵਰਡਰਾਫਟ ਇਨਕਰੀਜ਼ ਹੋਣਾ ਹੈ ਓਵਰਡਰਾਫਟ ਇਹ ਸਾਰੀਆਂ ਆਈਟਮਸ ਐਡ ਹੋ ਗਈਆਂ ਤਾਂ ਹੀ ਓਵਰਡਰਾਫਟ 네ਗੇਟਿਵ ਬੈਲੈਂਸ ਹੈ ਜਿਨ੍ਹਾਂ ਨਾਲ ਓਵਰਡਰਾਫਟ ਇਨਕਰੀਜ਼ ਹੋਣਾ ਹੈ ਉਹ ਸਾਰੀਆਂ ਐਡ ਵਾਲੀਆਂ ਪਹਿਲਾਂ ਕਰਤੀਆਂ 8400 ਹੋ ਗਿਆ ਓਵਰਡਰਾਫਟ ਕਿੰਨਾ ਬਣ ਗਿਆ 25400 ਤੇ ਇਹ ਉਹ ਸਾਰੀਆਂ ਆਈਟਮਸ ਨੇ ਜਿਨ੍ਹਾਂ ਨਾਲ ਓਵਰਡਰਾਫਟ ਲੈਸ ਹੋਣਾ ਹੈ ਘਟਣਾ ਹੈ ਤੇ ਇਹ ਸਾਰੀਆਂ ਆਈਟਮਸ ਦਾ ਟੋਟਲ ਆ ਰਿਹਾ 6100 ਸੇਮ ਕੁਐਸਚਨ ਹੈ ਜਿਹੜਾ ਇਸ ਤੋਂ ਪਹਿਲਾਂ ਮੈਂ ਕੀਤਾ ਸੀ 23 ਤੋਂ ਬਾਅਦ 25400 ਚੋਂ 1800 ਜਦੋਂ ਅਸੀਂ ਮਾਈਨਸ ਕੀਤਾ 19300 ਆ ਗਿਆ ਬੈਲੈਂਸ ਐਸ ਪਰ ਕੈਸ਼ ਬੁੱਕ ਕ੍ਰੈਡਿਟ ਸਮਝ ਲੱਗਿਆ ਹੈ ਕ੍ਰੈਡਿਟ ਹੈ ਬੈਲੈਂਸ ਕਿਉਂਕਿ ਓਵਰਡਰਾਫਟ ਹੈ ਕੈਸ਼ ਬੁੱਕ ਦਾ ਉਹਨੇ ਇਹ ਸਾਰੀਆਂ ਐਡ ਹੋ ਰਹੀਆਂ ਨੇ ਲੈਸ ਹੋ ਰਹੀਆਂ ਨੇ ਕੋਈ ਇੱਕ ਐਂਟਰੀ ਦੇਖ ਕੇ ਰਹਿਦਾ ਜਿਵੇਂ ਇਹ ਹੈ ਇੰਟਰਸਟ ਚਾਰਜਡ ਰਿਕਾਰਡਡ ਡਿਵਾਈਸ ਧਿਆਨ ਨਾਲ ਸਮਝੋ ਇਸ ਚੀਜ਼ ਨੂੰ ਇੰਟਰਸਟ ਚਾਰਜ ਕੀਤਾ ਦੋਨਾਂ ਦੇ ਵਿੱਚ ਕੈਸ਼ ਬੁੱਕ ਤੇ ਪਾਸ ਬੁੱਕ ਚ ਐਂਟਰੀ ਹੋ ਗਈ ਅਸੀਂ ਬੈਂਕਾਂ ਪਰ ਬਿਜ਼ਨਸਮੈਨ ਨੇ ਦੋ ਵਾਰੀ ਲੇਖਤਾ ਜਦੋਂ ਬਿਜ਼ਨਸਮੈਨ ਨੇ ਦੋ ਵਾਰੀ ਇੱਕ ਖਰਚਾ ਦਿਖਾਤਾ ਤਾਂ ਉਹਦਾ ਬੈਲੈਂਸ ਘਟ ਗਿਆ ਉਹਦੇ ਪੈਸੇ ਘਟ ਜਮਾ ਹੋਏ ਦਾ ਮਤਲਬ ਹੈ ਜਦੋਂ ਦੋ ਵਾਰੀ ਖਰਚਾ ਦਿਖਾਓਗੇ ਤਾਂ ਉਹਨੇ ਜ਼ਿਆਦਾ ਖਰਚਾ ਦਿਖਾਤਾ ਬੈਲੈਂਸ ਘਟ ਗਿਆ ਬੈਲੈਂਸ ਘਟਣ ਦਾ ਮਤਲਬ ਕੀ ਹੋ ਗਿਆ ਓਵਰਡਰਾਫਟ ਹੋਰ ਵੱਧ ਗਿਆ that is why i have added in these items as add add ਤਾਂ ਹੈ ਕਿਉਂਕਿ ਓਵਰਡਰਾਫਟ ਨੂੰ ਐਡੀਸ਼ਨ ਦੇ ਰਹੀਆਂ ਨੇ ਇਹ ਲੈਸ ਕਿਉਂ ਨਹੀਂ ਕਿਉਂਕਿ ਓਵਰਡਰਾਫਟ ਨੂੰ ਲੈਸ ਕਰ ਰਹੀਆਂ ਨੇ ਸਮਝ ਲੱਗਿਆ ਵੀ ਕਵੈਸਚਨ ਨੂੰ ਐਵੇਂ ਵੀ ਕਰ ਸਕਦੇ ਹੋ ਜਾਂ ਜਿਸ ਤਰ੍ਹਾਂ ਮੈਂ ਦੱਸਿਆ ਉਸ ਟੈਕਨੀਕ ਨਾਲ। ਸੁਰਅਤ ਇਸ ਤਰ੍ਹਾਂ ਇੱਕ ਕਵੈਸਚਨ ਹੋ ਰਿਹਾ ਬੈਲੈਂਸ ਦਿੱਤਾ ਵਹ 40000 ਸ਼ੋਰਟ ਬਾਈ ਕੈਸ਼ ਬੁੱਕ। ਅਤੁੱਲ ਦਾ ਬੈਲੈਂਸ ਹੈ ਬੈਲੈਂਸ ਐਸ ਪਰ ਕੈਸ਼ ਬੁੱਕ 40000 ਕਿਉਂਕਿ ਜਦੋਂ ਕੁਝ ਨਹੀਂ ਲਿਖਿਆ ਹੋਇਆ ਤਾਂ 40000 ਪੋਜ਼ਿਟਿਵ ਬੈਲੈਂਸ ਹੋ ਗਿਆ। ਇਸ ਤਰ੍ਹਾਂ ਦਾ ਕਵੈਸਚਨ ਵੀ ਆ ਸਕਦਾ ਇਟ ਵਾਸ ਫਾਊਂਡ ਦੈਟ 3 ਚੈਕਸ 2000 5000 ਐਂਡ 8000 ਡਿਪੋਜ਼ਿਟਡ ਡਿਊਰਿੰਗ ਦਾ ਮੰਥ ਆਫ ਡਿਸੰਬਰ ਵਾਰ ਨੋਟ ਕ੍ਰੈਡਿਟਡ ਇਨ ਦਾ ਪਾਸ ਬੁੱਕ ਟਿਲ 2 ਜਨਵਰੀ। ਅਸੀਂ 3 ਚੈੱਕ ਨੇ 2000 5000 ਤੇ 8000 ਦੇ ਜਮ੍ਹਾਂ ਕਰਵਾਏ ਗਏ ਪਰ ਪਾਸਬੁੱਕ 'ਚ ਕ੍ਰੈਡਿਟ ਨਹੀਂ ਹੋਏ ਅਸੀਂ ਕਿਉਂਕਿ ਕੈਸ਼ ਬੁੱਕ ਦਾ ਬੈਲੈਂਸ ਹੈ ਅਸੀਂ ਬਿਜ਼ਨਸਮੈਨ ਹੈ ਬੈਂਕ 'ਚ ਇਹ ਚੈੱਕ ਜਮ੍ਹਾਂ ਨਹੀਂ ਹੋਏ ਬੈਂਕ ਦਾ ਬੈਲੈਂਸ ਘਟਿਆ ਹੋਇਆ 3 ਚੈੱਕਸ ਡਿਪੋਜ਼ਿਟਡ ਵਰਟ ਨੋਟ ਕ੍ਰੈਡਿਟਿਡ ਤਾਂ ਅਸੀਂ ਵੀ ਘਟਾ ਦਾਂਗੇ 15000 ਨਾਲ 2 ਚੈੱਕਸ 7000 ਐਂਡ 8000 ਇਸ਼ੂਡ 28 2028 ਦਸੰਬਰ ਵਰ ਨੋਟ ਪ੍ਰੈਜ਼ੈਂਟਡ ਫॉर ਪੇਮੈਂਟ ਟੀਲ 3 ਜਨਵਰੀ 3 ਜਨਵਰੀ ਤੱਕ ਪੇਮੈਂਟ ਲਈ ਪੇਸ਼ ਹੀ ਨਹੀਂ ਹੋਏ ਕਸਟਮਰ ਉੱਥੇ ਪੈਸੇ ਲੈਣ ਵਾਸਤੇ ਚੈੱਕ ਜ

इंटरेस्ट तीन सौ पची रुपये इंटरेस्ट क्रेडिट करता बैंक ने क्रेडिट करना मतलब इनक्रीज करता वदा था. तो अभी भी वजा एज ए बिजनेसमैन क्योंकि एज ए बिजनेसमैन है कैशबुक का बैलेंस है बैंक जो चेंज है अकॉर्डिंगली चेंज कर लाँगे अपने आप इंटरस्ट क्राइट बाय बैंक तीन सौ पच्ची बैलेंस इनक्रीज हो गया इसके अलावा रूपीज फिफ्टी एज बैक चार्जि डेबिट किए डेबिटेड हिम रूपीज फिफ्टी एज बैंक चार्जिंजा रुपए बैंक ने खर्चा कट लिया बैंक ने बैलेंस घटाता असं भी कटा देंगे बैंक चार्जि फिफ्टी इस तो बाद बैलेंस एज पर पासबुक आ गया टोटल किया डेबिट साइड का प्लस साइड का पचवंजा हज़ार तीन सौ पच्ची माइनस साइड का टोटल आ रहा पंद्रह हज़ार पाँह डिफरेंस कि आ गया चालीस हज़ार दो सौ पचहत्तर दैट इज द बैलेंस एज पर पासबुक हम सोचो ये डेबिट बैलेंस एज ऐ क्रैडिट पॉजिटिव टोटल ज़्यादा माइनस वाला घट है तो यह फेवरेबल तो है ਪਾਸ ਬੁੱਕ ਦਾ ਫੇਵਰੇਬਲ ਬੈਲੈਂਸ ਕਿਹੜਾ ਹੁੰਦਾ ਹੈ ਕ੍ਰੈਡਿਟ ਬੈਲੈਂਸ ਯਾਦ ਰੱਖਿਓ ਜੇ ਮਾਈਨਸ ਸਾਈਡ ਹੁੰਦਾ ਜਿਆਦਾ ਹੁੰਦਾ ਫਿਰ ਡੈਬਿਟ ਬੈਲੈਂਸ ਹੀ ਫਿਰ ਓਵਰਡਰਾਫਟ ਸੀ ਕਲੀਅਰ ਸਟੂਡੈਂਟਸ ਆਈ ਥਿੰਕ ਦਾ ਹਾਲ ਕਨਸੈਪਟ ਇਜ਼ ਵੈਰੀ ਬਿਲਕੁਲ ਬੜਾ ਡਿਟੇਲ ਦੇ ਵਿੱਚ ਮੈਂ ਹਰ ਟਾਈਮ ਦਾ ਕੁਝ ਨੂੰ ਕਰਵਾਇਆ ਹੈ ਵੀਡੀਓ ਜ਼ਰੂਰ ਲੰਬੀ ਹੈ ਪਰ ਬਹੁਤ ਸਾਰਾ ਕੰਟੈਂਟ ਰੱਖਿਆ ਅਸਦੀ ਵੀਡੀਓ ਦੇ ਵਿੱਚ ਤੁਸੀਂ ਕੋਈ ਵੀ ਟੈਕਨਿਕ ਬਣਾਓ BRS ਤੇ ਦੋਨੋਂ ਵੀਡੀਓਜ਼ ਨੂੰ ਦੇਖੋ ਇਸ ਤੋਂ ਇਲਾਵਾ ਇਸ ਚੈਨਲ ਤੇ ਅਕਾਊਂਟੈਂਸੀ ਤੇ ਇਕਨੋਮਿਕਸ ਨਾਲ ਰਿਲੇਟਡ ਆਲਰੇਡੀ ਬਹੁਤ ਸਾਰੀ ਵੀਡੀਓਜ਼ ਨੇ ਮੋਟੀਵੇਸ਼ਨਲ ਵੀਡੀਓਜ਼ ਐਸ ਵੈਲ ਹੇਅਰ ਹੋਣ ਜਾਣਕਾਰੀ ਹਿਤ ਨਵੀਆਂ ਵੀਡੀਓਜ਼ ਵੀ ਆਣਗੀਆਂ ਪੁਰਾਣੀਆਂ ਵੀਡੀਓਜ਼ ਨੂੰ ਦੇਖੋ ਨਵੀਆਂ ਦਾ ਇੰਤਜ਼ਾਰ ਕਰੋ ਟਿਲ ਦੈਨ ਥੈਂਕ ਯੂ ਵੈਰੀ ਮਚ